ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮੁ ਅਲੈਕੁਮ ਦੋਸਤੋ, ਮੈਂ ਉਮੀਦ ਕਰਨਾ ਕਿ ਤੁਸੀਂ ਖਰੀਅਤ ਨਾ ਹੋਗੇ। ਤੋ ਅਲਹਮਦੁਲਿਲਾ ਜੀ, ਮਾਸ਼ਾਅੱਲਾ ਚਾਵਲ ਦੀ ਫਸਲ ਵੀ ਲੱਗ ਗਈ ਹੈ। ਮਾਸ਼ਾਅੱਲਾ ਦੋਨੋਂ ਖੇਤ ਤਕਰੀਬਨ ਲੱਗ ਗਏ ਨੇ। ਔਰ ਅੱਜ ਮੈਂ ਜਨਰੇਟਰ ਲੈ ਕੇ ਆਉਣਾ ਸੀ, ਲੇਕਿਨ ਅਲਹਮਦੁਲਿਲਾ ਅੱਲਾ ਪਾਕ ਦਾ ਬੜਾ ਕਰਮ ਹੋਇਆ ਕਿ ਬਾਰਿਸ਼ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਮਾਸ਼ਾਅੱਲਾ। ਔਰ ਇਹ ਬਾਰਿਸ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਕਾਫੀ ਕਿਸਾਨ ਭਰਾ ਇਸ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਹਨ। ਤੋ ਅਲਹਮਦੁਲਿਲਾ ਜੀ, ਮਾਸ਼ਾਅੱਲਾ ਅੱਲਾ ਨੇ ਦੁਆ ਕਬੂਲ ਕਰ ਲਈ ਹੈ ਔਰ ਬਾਰਿਸ਼ ਸ਼ੁਰੂ ਹੋ ਗਈ ਹੈ। ਔਰ ਇਹ ਖੇਤ ਮੈਂ ਇਸ ਵਾਸਤੇ ਜਲਦੀ ਲਗਾ ਰਿਹਾ ਕਿ ਇੱਕ ਤਾਂ ਮਾਸ਼ਾਅੱਲਾ ਮੇਰੀ ਪਨੀਰੀ ਜਿਹੜੀ ਹੈ ਉਹ ਤਿਆਰ ਸੀ, ਦੂਸਰਾ ਹੈ ਕਿ ਥੋੜ੍ਹਾ ਜਿਹਾ ਅਗਰ ਲੇਟ ਹੋ ਜਾਈਏ ਨਾ ਤਾਂ ਇਹ ਖੇਤ ਬਹੁਤ ਜ਼ਿਆਦਾ ਡੂੰਘੇ ਨੇ, ਇਹਨਾਂ ਦੇ ਵਿੱਚ ਫਸਲ ਜਿਹੜੀ ਹੈ ਨਾ ਉਹ ਲਗਾਈਏ ਤਾਂ ਫਿਰ ਪਾਣੀ ਜ਼ਿਆਦਾ ਹੋਣ ਨਾਲ ਫਸਲ ਜਿਹੜੀ ਹੈ ਉਹ ਨਹੀਂ ਲੱਗਦੀ, ਯਾਨੀ ਗਲ ਜਾਂਦੀ ਹੈ। ਇਸ ਵਾਸਤੇ ਜਨਾਬ ਇਹ ਖੇਤ ਜਿਹੜੇ ਨੇ ਮੈਂ ਟਾਈਮ ਨਾਲ ਲਗਾਏ ਨੇ ਅਤੇ ਅਲਹਮਦੁਲਿਲਾ ਦੋਨੋਂ ਖੇਤ ਜਿਹੜੇ ਨੇ ਮਾਸ਼ਾਅੱਲਾ ਲੱਗ ਚੁੱਕੇ ਨੇ। ਮਾਸ਼ਾਅੱਲਾ ਜੀ, ਬੱਚਾ ਪਾਰਟੀ ਬਾਰਿਸ਼ 'ਚ ਨਹਾ ਰਹੀ ਹੈ, ਮਸਤੀ ਕਰ ਰਹੀ ਹੈ। ਓਹੋ, ਲੜਨਾ ਨਹੀਂ ਪੁੱਤਰ, ਲੜਨਾ ਨਹੀਂ। ਦੇਖ ਜੀ, ਬਾਰਿਸ਼ ਥੰਮ ਚੁੱਕੀ ਹੈ ਔਰ ਮੁਕਰਮ ਭਾਈ ਵੀ ਰਾਤ ਦੇ ਆ ਗਏ ਨੇ ਔਰ ਹੁਣ ਅਸੀਂ ਜਾ ਰਹੇ ਹਾਂ ਸਿਆਲਕੋਟ, ਮੈਂ ਔਰ ਮੁਕੱਲਫ ਭਾਈ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਔਰ ਸਾਥ ਨੇ ਸਾਡੇ ਮੁਹੰਮਦ ਵਲੀਦ। ਮੁਹੰਮਦ ਵਲੀਦ ਕਹਾਂ ਜਾ ਰਹੇ ਹਾਂ? ਸਿਆਲਕੋਟ। ਔਰ ਮਾਸ਼ਾਅੱਲਾ ਜੀ, ਇਹ ਤੁਸੀਂ ਦੇਖ ਸਕਦੇ ਹੋ ਆਪਣੇ ਰਸਤੇ 'ਚ, ਮੈਂ ਦੇਖ ਰਿਹਾ ਕਾਫੀ ਜ਼ਿਆਦਾ ਚਾਵਲਾਂ ਦੀ ਫਸਲ ਜਿਹੜੀ ਹੈ ਲੱਗ ਚੁੱਕੀ ਹੈ ਮਾਸ਼ਾਅੱਲਾ। ਔਰ ਹੁਣ ਫਿਲਹਾਲ ਬਾਰਿਸ਼ ਥੋੜ੍ਹੀ ਹੋਈ ਹੈ, ਲੇਕਿਨ ਜ਼ੀ ਚਾਂਸ ਨੇ ਬਾਰਿਸ਼ ਦੇ ਬਹੁਤ ਜ਼ਿਆਦਾ ਸਮਾਨ 'ਤੇ ਜਿਹੜਾ ਨੇ ਬੱਦਲ ਹੋਏਗਾ ਇਨਸ਼ਾਅੱਲਾ। ਚੱਲਦੇ ਹਾਂ ਸ਼ਹਿਰ। ਮੁਕੱਲਫ ਭਾਈ ਨੂੰ ਕੋਈ ਕੰਮ ਸੀ ਸਿਆਲਕੋਟ, ਤਾਂ ਮੁਕੱਲਫ ਭਾਈ ਅੱਜ ਮੈਨੂੰ ਵੀ ਨਾਲ ਲੈ ਆਏ ਨਾ। ਹਾਂਜੀ ਮੁਕੱਲਫ ਭਾਈ, ਕੀ ਕੰਮ ਹੈ ਸਾਨੂੰ ਵੀ ਦੱਸ ਦਿਓ। ਹੁਸਨ ਭਾਈ, ਮੌਸਮ ਬਹੁਤ ਅੱਛਾ ਹੈ। ਹਾਂਜੀ ਹਾਂਜੀ, ਮੌਸਮ ਤਾਂ ਵਾਕਈ ਮੈਨੂੰ ਪਤਾ ਬਹੁਤ ਅੱਛਾ ਹੈ। ਕੰਮ ਤਾਂ ਮੁੱਕਣੇ ਨਹੀਂ ਦਿੰਦੇ। ਇਹ ਤਾਂ ਗੱਲ ਸਹੀ ਹੈ। ਮੈਂ ਕਿਹਾ ਮੌਸਮ ਭਾਈ ਕੰਮ ਸਫ਼ਰ ਕਰਦੇ ਨੇ ਤਾਂ ਆ ਜਾਣਾ ਲੈ ਕੇ ਚੱਲਣੇ, ਮੌਸਮ ਸਹੀ ਹੈ, ਕੁਛ ਖਾਣੇ ਪੈਂਦੇ ਆ ਜੀ ਜੀ, ਨਾਲੇ ਆਪਣੇ ਛੋਟੇ ਮੋਟੇ ਕੰਮ ਜਿਹੜੇ ਉਹ ਨਿਪਟਾ ਕੇ ਆ ਜਾਣੇ। ਠੀਕ ਹੋ ਗਿਆ, ਠੀਕ ਹਾਲ, ਠੀਕ ਹੋ ਗਿਆ ਜਨਾਬ। ਤੋ ਲਓ ਜੀ, ਅੱਜ ਥੋੜ੍ਹਾ ਜਿਹਾ ਮੈਂ ਅਸਲ ਵਿਹਲਾ ਹਾਂ, ਕੱਲਾ ਭਾਈ ਕਹਿ ਰਹੇ ਨੇ ਅਤੇ ਫਿਰ ਭਾਈ ਦੀ ਨਾਂਹ ਤਾਂ ਨਹੀਂ ਕਰਨੀ, ਮੈਂ ਕਿਹਾ ਚਲੋ ਜਨਾਬ ਅੱਜ ਸਿਆਲਕੋਟ ਦੀ ਜਿਹੜਾ ਸੈਰ ਕਰਕੇ ਆਉਂਦੇ ਹਾਂ। ਲਓ ਜੀ, ਅਲਹਮਦੁਲਿਲਾ ਅਸੀਂ ਸਿਆਲਕੋਟ ਪਹੁੰਚ ਗਏ ਹਾਂ ਔਰ ਫਲੀਦ ਸਾਹਿਬ ਨੇ ਆਉਂਦਿਆਂ ਹੀ ਫਰਮਾਇਸ਼ ਕਰ ਦਿੱਤੀ ਹੈ ਪਾਪਾ ਜੀ ਬਾਲ ਲੈਣ। ਖੇਲੋ ਖੇਲੋ, ਮੂੰਹ 'ਚ ਨਹੀਂ ਪਾਈਦਾ, ਖੇਲੋ, ਸ਼ਾਬਾਸ਼, ਖੇਲੋ। ਔਰ ਕੱਲਾ ਭਾਈ ਗਏ ਨੇ ਗੱਡੀ ਵਾਸ਼ ਕਰਾਉਣ। ਹਾਂ, ਭਾਈ ਦਾ ਵੀ, ਭਾਈ ਦਾ ਵੀ ਲੈ ਲੈਂਦੇ ਹਾਂ, ਸ਼ਾਬਾਸ਼, ਖੇਲੋ ਖੇਲੋ। ਅਲਹਮਦੁਲਿਲਾ ਜੀ, ਸ਼ਹਿਰ ਤੋਂ ਵਾਪਸ ਆ ਚੁੱਕੇ ਹਾਂ ਔਰ ਮਜ਼ੀਦ ਬਾਰਿਸ਼ ਸ਼ੁਰੂ ਹੋ ਗਈ ਹੈ ਜਨਾਬ, ਬਹੁਤ ਜ਼ਿਆਦਾ ਤੇਜ਼ ਬਾਰਿਸ਼। ਸੁਬਾਹ ਜਿਹੜਾ ਨਾ ਉਹ ਘੱਟ ਬਾਰਿਸ਼ ਹੋਈ ਸੀ, ਲੇਕਿਨ ਹੁਣ ਮਾਸ਼ਾਅੱਲਾ ਬਹੁਤ ਤੇਜ਼ ਬਾਰਿਸ਼ ਹੈ, ਨਾਲ ਤੂਫਾਨ ਹੈ। ਮਾਸ਼ਾਅੱਲਾ ਰਾਤ ਦੀ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਔਰ ਬਾਰਿਸ਼ ਨਾਲ ਖੇਤਾਂ ਦੇ ਵਿੱਚ ਦੇਖੋ ਪਾਣੀ ਖੜ੍ਹਾ ਹੋ ਗਿਆ ਔਰ ਮੈਂਢਕ ਜਿਹੜੇ ਨੇ ਉਹ ਵੀ ਨਿਕਲ ਆਏ ਨੇ। ਕੁਛ ਖੇਤ ਜਿਹੜੇ ਨੇ ਉਹ ਪਾਣੀ ਪੀ ਗਏ ਨੇ ਕਿਉਂਕਿ ਓੜ ਬਹੁਤ ਜ਼ਿਆਦਾ, ਔਰ ਕੁਛ ਖੇਤ ਜਿਹੜੇ ਨੇ ਉਹਨਾਂ 'ਚ ਇਹ ਪਾਣੀ ਖੜ੍ਹਾ ਹੈ। ਇਹ ਤੁਸੀਂ ਦੇਖ ਸਕਦੇ ਹੋ, ਜਾ ਰਿਹਾ ਆਪਣੀ ਜਨਰੇਟਰ ਵਾਲੀ ਸਾਈਡ 'ਤੇ, ਖੇਤ ਜਿਹੜੇ ਨੇ ਉਹਨਾਂ 'ਚ ਦੇਖ ਕੇ ਆਉਂਦੇ ਹਾਂ ਕਿ ਪਾਣੀ ਹੋਏਗਾ ਔਰ ਬਾਰਿਸ਼ ਦੇ ਨਾਲ ਬਹੁਤ ਜ਼ਿਆਦਾ ਤੂਫਾਨ ਸੀ, ਤੂਫਾਨ ਨਾਲ ਇਹ ਦੇਖੋ ਇਹ ਚਾਰਾ ਜਿਹੜਾ ਨੇ ਸਾਰਾ ਹੀ ਲੇਟ ਗਿਆ, ਐਨਾ ਕੁ ਤੇਜ਼ ਤੂਫਾਨ। ਚਲੋ ਜੀ, ਮੈਂ ਪਹੁੰਚ ਗਿਆ ਉਹਨਾਂ ਖੇਤਾਂ 'ਚ ਜਿਹੜੇ ਖੇਤ ਇੱਕ ਦਿਨ ਪਹਿਲੇ ਲਗਵਾਏ ਨੇ ਔਰ ਮਾਸ਼ਾਅੱਲਾ ਜੀ ਦੋਨੋਂ ਖੇਤ ਮਾਸ਼ਾਅੱਲਾ ਅੱਛੀ ਤਰ੍ਹਾਂ ਪਾਣੀ ਨਾਲ ਭਰੇ ਦੇ ਨੇ ਮਾਸ਼ਾਅੱਲਾ, ਕਿਉਂਕਿ ਕੱਲ੍ਹ ਲੈਣਾ 'ਚ ਬਿਲਕੁਲ ਥੋੜ੍ਹਾ ਥੋੜ੍ਹਾ ਪਾਣੀ ਸੀ ਔਰ ਮੈਂ ਜਨਰੇਟਰ ਲੈ ਕੇ ਆਉਣ ਹੀ ਲੱਗਾ ਹਾਂ ਤਾਂ ਬਾਰਿਸ਼ ਸ਼ੁਰੂ ਹੋ ਗਈ। ਤੋ ਸੁਬਹਾ ਬਾਰਿਸ਼ ਥੋੜ੍ਹੀ ਹੋਈ ਹੈ, ਲੇਕਿਨ ਰਾਤ ਨੂੰ ਮਾਸ਼ਾਅੱਲਾ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਔਰ ਬਾਰਿਸ਼ ਨਾਲ ਮਾਸ਼ਾਅੱਲਾ
ਦੋਨੋਂ ਖੇਤਾਂ 'ਚ ਜਿਹੜਾ ਨਾ ਪਾਣੀ ਮਾਸ਼ਾਅੱਲਾ ਭਰਿਆ ਦਾ, ਮਾਸ਼ਾਅੱਲਾ ਦੋਨੋਂ ਖੇਤ ਭਰੇ ਦੇ ਨਾ, ਅੱਜ ਵੀ ਜ਼ਰੂਰਤ ਨਹੀਂ ਇਹਨਾਂ ਨੂੰ ਜਿਹੜਾ ਨਾ ਪਾਣੀ ਲਗਾਉਣ ਦੀ। ਔਰ ਨਾਲ ਵਾਲੇ ਖੇਤਾਂ ਦੇ ਵਿੱਚ ਵੀ ਮਾਸ਼ਾਅੱਲਾ ਪਾਣੀ ਖੜਾ ਹੋ ਗਿਆ। ਲਓ ਜੀ, ਬਾਰਿਸ਼ ਦੇ ਨਾਲ ਹਵਾ ਹੀ, ਔਰ ਹਵਾ ਦੇ ਨਾਲ ਜਿੰਨਾ ਵੀ ਖੇਤ ਦੇ ਵਿੱਚ ਗੰਦਮ ਦਾ ਜਿਹੜਾ ਨਾੜ ਹੈ ਨਾ ਉਹ ਸਾਰਾ ਇਕੱਠਾ ਹੋ ਕੇ ਇੱਕ ਸਾਈਡ 'ਤੇ ਆ ਗਿਆ, ਔਰ ਇਹਨੂੰ ਜਿਹੜਾ ਨਾ ਬਾਹਰ ਕੱਢ ਦਾਂਗੇ ਤਾਂ ਕਿ ਜਿਸ ਜਗ੍ਹਾ 'ਤੇ ਇਹ ਪਿਆ ਦਾ ਨਾ ਉਸ ਜਗ੍ਹਾ 'ਤੇ ਫਸਲ ਨਹੀਂ ਹੋਏਗੀ ਚਾਵਲ ਦੀ। ਇਸ ਵਾਸਤੇ ਇਹਨੂੰ ਸਾਰੇ ਨੂੰ ਜਿਹੜਾ ਨਾ ਆਰਾਮ ਨਾਲ ਇੱਥੇ ਬਾਹਰ ਕੱਢ ਦਾਂਗੇ ਸਾਈਡ 'ਤੇ। ਜਿੰਨਾ ਵੀ ਤਨਾ ਆਇਆ ਸੀ ਨਾ ਇਕੱਠਾ ਹੋਏ ਦਾ ਸਾਰਾ ਕੱਢ ਕੇ ਅਤੇ ਇੱਕ ਸਾਈਡ 'ਤੇ ਜਿਹੜਾ ਨਾ ਰੱਖ ਦਿੱਤਾ। ਔਰ ਬੱਚਿਆਂ ਦੇ ਕੰਮ ਚੈੱਕ ਕਰੋ ਜੀ, ਬੱਚੇ ਮੈਡਕ ਪਕੜ ਰਹੇ ਨੇ। ਇਹ ਪੁੱਤਰ ਨਾ ਇਹਨਾਂ ਨੂੰ ਨਾ ਛੇੜੋ ਯਾਰ, ਅਬਦੁੱਲਾ ਨਾ ਬੇਟਾ, ਗਨਾ ਹੁੰਦਾ ਅਲਾਮੀਆਂ ਮਾਰਦਾ, ਨਾ ਛੇੜੋ ਇਹਨਾਂ ਨੂੰ। ਉਹ ਮਰ ਜਾਣਾ, ਛੱਡ ਦੇ, ਮਰ ਜਾਏਗਾ, ਛੱਡ ਦੇ ਪਾਣੀ 'ਚ ਛੱਡ। ਅਲਹਮਦੁਲਿਲਾ ਜੀ, ਅਸੀਂ ਪਹੁੰਚ ਗਏ ਜੀ ਆਪਣੇ ਖੇਤਾਂ 'ਚ ਜਿੱਧਰ ਸੋਲਰ ਪੰਪ ਲੱਗਾ ਦਾ, ਔਰ ਮਾਸ਼ਾਅੱਲਾ ਸੋਲਰ ਪੰਪ ਆਨ ਕਰ ਦਿੱਤਾ। ਆਖਰੀ ਖੇਤ ਰਹਿ ਗਏ ਦਾ ਸੁਪਰ ਵਾਲਾ, ਔਰ ਉਹਦੇ 'ਚ ਪਾਣੀ ਜਿਹੜਾ ਨਾ ਉਹ ਲਗਾ ਦਿੱਤਾ ਦਾ ਸੁਬਾਹ ਦਾ। ਔਰ ਇਹ ਸਾਹਮਣੇ ਖੇਤ ਆ ਚਾਚੂ ਹੋਣਾ ਦਾ, ਇਹਦੇ 'ਚ ਇਹ ਖਾਦ ਜਿਹੜੀ ਆ ਉਹ ਪਾਉਣ ਵਾਲੀ ਰਹਿੰਦੀ ਵੀ ਹੈ। ਜਨਾਬ ਮਾਸ਼ਾਅੱਲਾ ਇਹਨੂੰ ਵੀ ਲਗਾ ਦਿਆਂ, 3-4 ਦਿਨ ਹੋ ਗਿਆ, ਅਤੇ ਅੱਜ ਇਹਦੇ 'ਚ ਮੈਂ ਸਭ ਤੋਂ ਪਹਿਲੇ ਖਾਦ ਖਿਲਾਰਾਂਗੇ। ਬਿਸਮਿਲਲਾਹ ਰਹਿਮਾਨ, ਦੋ ਕਨਾਲ ਦਾ ਖੇਤ ਹੈ, ਔਰ ਦੋ ਧੜੀਆਂ DAP ਅਤੇ 1-2 ਕਿਲੋ ਵਿੱਚ ਜ਼ਹਿਰ ਹੈ, ਕੀੜਾ ਮਕੂੜਾ ਜਿਹੜਾ ਨਾ ਉਹਦੇ ਵਾਸਤੇ, ਕਿਉਂਕਿ ਫਸਲ ਲੱਗਦਿਆਂ ਸਾਰ ਸਿਉਂਕ ਵਗੈਰਾ ਕੀੜਾ ਵਗੈਰਾ ਬਹੁਤ ਜ਼ਿਆਦਾ ਅਟੈਕ ਕਰਦਾ, ਇਸ ਵਾਸਤੇ ਜ਼ਹਿਰ ਜਿਹੜਾ ਉਹ ਨਾਲ ਹੀ ਪਾ ਦਾਂਗੇ। ਬਿਸਮਿਲਲਾਹਿਰਰਹਿਮਾਨਿਰਰਹੀਮ। ਔਰ ਮੈਂ ਆਪਣੇ ਖੇਤ ਦੇ ਵਿੱਚ ਖਿਲਾਰ ਛੱਡੀ ਦੀ ਆ, ਚਾਚੂ ਜਾਨ ਉਹਨਾਂ ਦਾ ਖੇਤ ਹੈ, ਖਿਲਾਰ ਦਾਂਗੇ। ਅਲਹਮਦੁਲਿਲਾ ਜੀ, ਖਾਦ ਖਿਲਾ ਦਿੱਤੀ ਹੈ ਸਾਰੇ ਖੇਤ 'ਚ, ਔਰ ਚਾਚੂ ਆ ਜੀ ਸਿਆਲਕੋਟ ਗਏ ਦਿਨ, ਚਾਚੂ ਹੋਣਾਂ ਦੇ ਖੇਤ ਦੇ ਵਿੱਚ ਜਿਹੜਾ ਖਾਦ ਬਖੇਰ ਦਿੱਤੀ ਹੈ। ਔਰ ਮਾਸ਼ਾਅੱਲਾ ਹੁਣ ਜਨਾਬ ਮੈਂ ਆਇਆ ਤਾ ਜੀ ਆਪਣੇ ਚਾਰਾ ਕੱਟਣ, ਕਿਉਂਕਿ ਸੁਬਹਾ ਬਾਰਿਸ਼ ਹੋਈ ਦੀ ਸੀ ਅਤੇ ਬਹੁਤ ਜ਼ਿਆਦਾ ਖੇਤ ਜਿਹੜੇ ਨੇ ਉਹ ਗਿੱਲੇ ਹਨ, ਇਸ ਵਾਸਤੇ ਥੋੜ੍ਹਾ ਜਿਹਾ ਜਿਹੜਾ ਨਾ ਉਹ ਸੁੱਕ ਲੱਗੀ ਹੈ, ਤਾਂ ਜਨਾਬ ਚਾਰਾ ਕੱਟਣ ਵਾਲਾ ਸੀ, ਹੁਣ ਇੱਥੋਂ ਚਾਰਾ ਕੱਟਣੀ। ਔਰ ਮਾਸ਼ਾਅੱਲਾ ਦੇਖੋ ਜੀ ਕਿੱਡਾ ਕਿੱਡਾ ਵੱਡਾ ਚਾਰਾ ਹੋ ਗਿਆ, ਮਾਸ਼ਾਅੱਲਾ ਚਾਰਾ ਕੱਟ ਦਿੱਤਾ ਸਾਰਾ। ਔਰ ਗਰਮੀ ਫਿਰ ਤੋਂ ਬਹੁਤ ਜ਼ਿਆਦਾ ਹੋ ਗਈ ਹੈ, ਹਬਸ ਜੀ ਹੋਈ ਦੀ ਹੈ,
ਔਰ ਤੁਸੀਂ ਦੇਖ ਸਕਦੇ ਹੋ ਕਿੰਨਾ ਪਸੀਨਾ ਆ ਗਿਆ। ਔਰ ਇਸ ਦਫ਼ਾ ਜਨਾਬ ਇਸ ਪੂਰੇ ਏਕੜ 'ਚ ਜਨਾਬ ਤੁਹਾਡੇ ਬਾਈ ਨੇ ਜਾਨਵਰਾਂ ਨੂੰ ਚਾਰਾ ਜਿਹੜਾ ਉਹ ਕਾਸ਼ਤ ਕਰ ਦਿੱਤਾ। ਸਭ ਤੋਂ ਪਹਿਲੇ ਇਹ ਚਾਰਾ ਕਾਸ਼ਤ ਕੀਤਾ ਸੀ, ਇਹ ਕਾਫ਼ੀ ਵੱਡਾ ਹੋਇਆ, ਇਹਨੂੰ ਹੱਥ ਲਗਾਇਆ ਦਾ, ਯਾਨੀ ਕਿ ਜਾਨਵਰਾਂ ਨੂੰ ਮੈਂ ਡਾਲ ਰਿਹਾ। ਉਸ ਤੋਂ ਅੱਗੇ ਜਨਾਬ ਇਹ ਚਾਰਾ ਕਾਸ਼ਤ ਕੀਤਾ ਦਾ, ਔਰ ਇਹ ਵੀ ਮਾਸ਼ਾਅੱਲਾ ਕਾਫ਼ੀ ਜਿਹੜਾ ਨਾ ਵੱਡਾ ਹੋ ਗਿਆ। ਉਹ ਖਤਮ ਹੋਣ ਤੋਂ ਬਾਅਦ ਜਨਾਬ ਇਹਨੂੰ ਹੱਥ ਲਗਾਇਆ ਜਾਏਗਾ। ਔਰ ਇਹਦੇ ਤੋਂ ਬਾਅਦ ਉਹ ਜਨਾਬ ਅੱਗੇ ਚਾਰਾ ਕਾਸ਼ਤ ਕੀਤਾ। ਇਹ ਜਨਾਬ ਇਹ ਫਿਲਹਾਲ ਇਹ ਛੋਟਾ, ਲੇਕਿਨ ਅਲਹਮਦੁਲਿਲਾ ਬੜਾ ਪਿਆਰਾ ਨਿਕਲਿਆ ਮਾਸ਼ਾਅੱਲਾ। ਕੁਛ ਉੱਗ ਰਿਹਾ, ਕੁਛ ਮਾਸ਼ਾਅੱਲਾ ਉੱਗ ਚੁੱਕਿਆ ਮਾਸ਼ਾਅੱਲਾ। ਪੂਰਾ ਏਕੜ ਜਿਹੜਾ ਨਾ ਉਹਦੇ 'ਚ ਚਾਰਾ ਲਾ ਦਿੱਤਾ, ਤਾਂ ਕਿ ਚਾਰੇ ਦੀ ਟੈਨਸ਼ਨ ਜਿਹੜੀ ਹੈ ਉਹ ਖਤਮ ਹੋਈ, ਕਿਉਂਕਿ ਇਸ ਖੇਤ ਦੇ ਨਾਲ ਜਿਹੜਾ ਨਾ ਇਹ ਰਸਤਾ ਵੀ ਲੱਗਦਾ। ਤੋ ਬਾਰਿਸ਼ ਦੇ ਵਿੱਚ ਜ਼ਿਆਦਾ ਬਾਰਿਸ਼ਾਂ ਜਦੋਂ ਹੋਣ, ਯਾਨੀ ਕਿ ਸਾਉਣ ਭਾਦਰੋਂ ਦੇ ਵਿੱਚ, ਇਹਦਾ ਇਹ ਫਾਇਦਾ ਹੋਏਗਾ ਕਿ ਇੱਥੋਂ ਜਨਾਬ ਕੱਟ ਕੇ ਆਰਾਮ ਨਾਲ ਬੰਦਾ ਮੋਟਰਸਾਈਕਲ 'ਤੇ ਵਗੈਰਾ 'ਤੇ, ਜਾਂ ਅਗਰ ਗਧੇ 'ਤੇ ਵੀ ਖੜ੍ਹਨੇ ਹੋਣ ਜਾਂ ਮੋਟਰਸਾਈਕਲ 'ਤੇ ਵੀ ਖੜ੍ਹਨੇ ਹੋਣ, ਆਸਾਨੀ ਨਾਲ ਰਸਤੇ ਦੇ ਉੱਤੋਂ ਦੀ ਬੰਦਾ ਆਪਣੇ ਘਰ ਖੜ੍ਹ ਸਕਦਾ ਇਨਸ਼ਾਅੱਲਾ। ਹੁਣ ਇਹ ਚਾਰਾ ਲੈ ਕੇ ਚੱਲਣੇ ਆ ਘਰ, ਲਾਈਏ ਮੈਂ ਤੋੜਿਆ, ਔਰ ਕਾਫ਼ੀ ਜ਼ਿਆਦਾ ਫਾਲਸਾ ਲੱਗਾ ਤਾ ਸੀ, ਤੋ ਬੱਚਿਆਂ ਨੇ ਜਨਾਬ ਨਾਲੋ ਨਾਲ ਹੀ ਖਾ ਲਿਆ। ਔਰ ਥੋੜ੍ਹਾ ਜਿਹਾ ਰਹਿ ਗਿਆ ਜਿਹੜਾ ਪੱਕ ਗਿਆ ਨਾ, ਉਹ ਖਾ ਛੱਡਿਆ ਬੱਚਿਆਂ ਨੇ, ਬਾਕੀ ਆ ਜਿਹੜਾ ਕੱਚਾ ਜੇ ਕਾਫ਼ੀ ਹੈ। ਮਾਸ਼ਾਅੱਲਾ ਜੀ ਬਹੁਤ ਜ਼ਿਆਦਾ ਮਜ਼ਾ, ਔਰ ਖੱਟਾ ਬਹੁਤ ਜ਼ਿਆਦਾ। ਮੈਂ ਦੁਬਾਰਾ ਆਇਆ ਸੋਲਰ ਪੰਪ 'ਤੇ, ਔਰ ਸੋਲਰ ਪੰਪ ਬੰਦ ਕਰ ਦਿੱਤਾ, ਕਿਉਂਕਿ ਚਾਵਲ ਵਾਲੀ ਫਸਲ ਜਿਹੜੀ ਲਗਾਈ ਦੀ ਆ ਉਹਨਾਂ ਵਿੱਚ ਮਾਸ਼ਾਅੱਲਾ ਪਾਣੀ ਜਿਹੜਾ ਨਾ ਉਹ ਪ੍ਰੋਪਰ ਹੈ, ਔਰ ਉਹ ਅਗਲੇ ਖੇਤ 'ਚ ਪਾਣੀ ਲਗਾਉਣਾ ਸੀ, ਲੇਕਿਨ ਅਸਮਾਨ 'ਤੇ ਕਾਫ਼ੀ ਗਹਿਰੇ ਬੱਦਲ ਹੋ ਗਏ ਨੇ, ਔਰ ਇਸ ਵਾਸਤੇ ਸੋਲਰ ਥੋੜ੍ਹਾ ਥੋੜ੍ਹਾ ਪਾਣੀ ਕੱਢ ਰਿਹਾ ਸੀ, ਉਹ ਬੰਦ ਕਰ ਦਿੱਤਾ। ਸੁਬਾਹ ਇਨਸ਼ਾਅੱਲਾ ਅੱਛੀ ਖਾਸੀ ਧੁੱਪ ਨਿਕਲੇਗੀ, ਫਿਰ ਇਨਸ਼ਾਅੱਲਾ ਸੋਲਰ ਪੰਪ ਚਲਾਵਾਂਗੇ, ਔਰ ਫਿਰ ਇਨਸ਼ਾਅੱਲਾ ਜਿਹੜਾ ਆਖਰੀ ਖੇਤ ਰਹਿੰਦਾ ਨਾ ਉਹਦੇ 'ਚ ਜਨਾਬ ਕੱਦ ਕਰਾਂਗੇ, ਔਰ ਇਸ ਉੱਪਰ ਦੀ ਪਨੀਰੀ ਜਿਹੜੀ ਹੈ ਨਾ ਇਹ ਉਸ ਖੇਤ ਦੇ ਵਿੱਚ ਲਗਾਉਣੀ ਹੈ। ਤੋ ਇਨਸ਼ਾਅੱਲਾ ਸੁਬਾਹ ਜਿਹੜਾ ਨਾ ਉਹ ਸੋਲਰ ਇਨਸ਼ਾਅੱਲਾ ਚਲਾਵਾਂਗੇ ਜੀ। ਜੀ ਟਾਈਮ ਹੋ ਗਿਆ ਤਕਰੀਬਨ 2:45 ਦਾ, 2:00 ਜਨਾਬ ਜਾਨਵਰਾਂ ਨੂੰ ਚਾਰਾ ਡਾਲਣਾ, ਚਾਰਾ ਜਾਨਵਰਾਂ ਨੂੰ ਡਾਲ ਦਿੱਤਾ। ਮਾਸ਼ਾਅੱਲਾ ਬੜੇ ਸ਼ੌਕ ਨਾਲ ਖਾ ਰਹੇ ਨੇ, ਔਰ ਇਸ ਟਾਈਮ ਤਕਰੀਬਨ ਮੇਰੇ ਕੋਲ 5 ਜਾਨਵਰ ਨੇ। ਮਾਸ਼ਾਅੱਲਾ 2 ਛੋਟੇ ਜਾਨਵਰ ਨੇ ਔਰ 3 ਵੱਡੇ ਜਾਨਵਰ ਨੇ, ਬਲਕਿ 6 ਨੇ, ਗੱਦੀ ਪਾ ਕੇ ਗੱਦਾ ਪਾ ਕੇ 6 ਜਾਨਵਰ। ਤੋ ਮਾਸ਼ਾਅੱਲਾ ਜੀ ਇਹ ਛੋਟੇ ਜਾਨਵਰ ਨੇ, ਇੱਕ ਕੱਟਾ ਹੈ ਔਰ ਇੱਕ ਵੱਛਾ ਹੈ, ਇੱਕ ਮੱਝ, ਇੱਕ ਗਾਏ ਔਰ ਇੱਕ ਜਨਾਬ ਛੋਟੀ ਗਾਏ। ਕੁਛ ਚਾਰਾ ਜਿਹੜਾ ਉਹ ਜਾਨਵਰਾਂ ਦੇ ਅੱਗੇ ਡਾਲ ਦਿੱਤਾ, ਕੁਛ ਜਨਾਬ ਰੱਖ ਲਿਆ, ਕੁਛ ਚਾਰਾ ਜਿਹੜਾ ਉਹ ਰੱਖ ਲਿਆ, ਇਹਨੂੰ ਸੁਬਾਹ ਜਿਹੜਾ ਨਾ ਕੁਤਰ ਕੇ ਸੁਬਾਹ ਜਾਨਵਰਾਂ ਨੂੰ ਡਾਲਿਆ ਜਾਏਗਾ। ਇਹ ਵਾਲਾ ਕੰਮ ਜਿਹੜਾ ਉਹ ਕੰਪਲੀਟ ਹੋ ਗਿਆ। ਹਲਵਾ ਖਾ ਰਹੀ ਹੈ ਬੱਚਾ ਪਾ। ਹਾਂਜੀ ਅਜਾਨ ਬੇਟਾ, ਕੈਸਾ ਰਿਹਾ ਟੂਰ, ਮਜ਼ਾ ਆਇਆ? ਹਾਂਜੀ ਬਲੀਜ ਬੇਟਾ, ਹਲਵਾ ਕੈਸਾ ਹੈ? ਮਜ਼ੇਦਾਰ ਹੈ। ਤੋ ਮਾਸ਼ਾਅੱਲਾ ਜੀ ਅੱਜ ਸਾਰਾ ਦਿਨ ਹੀ ਮੌਸਮ ਜਿਹੜਾ ਬਹੁਤ ਹੀ ਪਿਆਰਾ ਰਿਹਾ ਬਾਰਿਸ਼ ਨਾਲ, ਯਾਨੀ ਗਰਮੀ ਦਾ ਜਿਹੜਾ ਜ਼ੋਰ ਟੁੱਟ ਗਿਆ। ਪਹਿਲੇ ਦੀ ਨਿਸਬਤ ਗਰਮੀ ਅੱਜ ਬਹੁਤ ਹੀ ਕਮ ਹੀ, ਹਵਾ ਨਾਲ ਠੰਡੀ ਠੰਡੀ ਚੱਲ ਰਹੀ ਸੀ, ਔਰ ਸਾਰੇ ਖੇਤਾਂ ਨੇ ਪਾਣੀ ਜਿਹੜਾ ਨਾ ਉਹ ਜਜ਼ਬ ਕਰ ਲਿਆ। ਸਿਰਫ ਇਹ 2 ਖੇਤ ਜਿਹੜੇ ਨੇ ਇਹਨਾਂ ਵਿੱਚ ਪਾਣੀ ਖੜ੍ਹਾ ਹੈ, ਕਿਉਂਕਿ ਇਹਨਾਂ ਖੇਤਾਂ ਦੇ ਵਿੱਚ ਸਾਰਾ ਜਿਹੜਾ ਨਾ ਮੁਹੱਲਾ ਇਹਦਾ ਪਾਣੀ ਆਇਆ ਦਾ, ਔਰ ਇਹਨਾਂ ਦੋਵਾਂ ਖੇਤਾਂ 'ਚ ਪਾਣੀ ਖੜ੍ਹਾ, ਬਾਕੀ ਸਾਰੇ ਖੇਤਾਂ ਨੇ ਜਿਹੜਾ ਨਾ ਪਾਣੀ ਜਿਹੜਾ ਪੀ ਲਿਆ। ਝੋੜ ਬਹੁਤ ਜ਼ਿਆਦਾ ਸੀ, ਪਹਿਲੇ ਹੀ ਬਾਰਿਸ਼ ਸੀ, ਤੋ ਅਲਹਮਦੁਲਿਲਾ ਜੀ ਅੱਲਾ ਪਾਕ ਦਾ ਬੜਾ ਕਰਮ ਹੋਇਆ ਬਾਰਿਸ਼ ਵਾਲਾ। ਦੋਸਤੋ ਇਹ ਸੀ ਤੁਹਾਡੇ ਬਾਈ ਦੀ ਅੱਜ ਦੀ ਵੀਡੀਓ, ਉਮੀਦ
ਦੋਸਤੋ ਇਹ ਅਸੀਂ ਤੁਹਾਡੇ ਬਾਈ ਦੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ, ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਆਈ ਹੋਏ ਤਾਂ ਇਹਨੂੰ ਪਹਿਲੀ ਤਰ੍ਹਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਓਨੀ ਦੇਰ ਤੱਕ। ਮੁਅੱਜ਼ਮ ਸਲੀਮ ਨੂੰ ਇਜਾਜ਼ਤ ਦਿਓ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਭਾਈ ਨੂੰ ਦੁਆਵਾਂ ਯਾਦ ਰੱਖਿਓ। ਅੱਲਾਹ ਹਾਫਿਜ਼।